ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕਕਾਰਾਂ ਦੀ ਬੇਅਦਬੀ, ਸਿੱਖੀ ਸਿਧਾਂਤਾਂ ਦੇ ਨਾਲ ਛੇੜਛਾੜ ਜਾਂ ਫਿਰ ਗੁਰਦੁਆਰਾ ਸਾਹਿਬਾਨਾਂ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕਰਕੇ ਉਹਨਾਂ ਦੀ ਬੇਅਦਬੀ ਕਰਨੀ, ਐਸੀਆਂ ਘਟਨਾਵਾਂ ਨਿਰੰਤਰਨ ਚੱਲਦੀਆਂ ਆ ਰਹੀਆਂ ਨੇ। ਕਈ ਵਾਰ ਹੁੰਦਾ ਸਾਡੀਆਂ ਸਿਰਮੌਰ ਕਹਾਉਣ ਵਾਲੀਆਂ ਜਥੇਬੰਦੀਆਂ ਇਹਨਾਂ ਘਟਨਾਵਾਂ ਦੇ ਉੱਤੇ ਐਕਸ਼ਨ ਲੈ ਲੈਂਦੀਆਂ ਨੇ, ਪਰ ਬਹੁਤ ਵਾਰ ਐਸਾ ਹੁੰਦਾ ਕਿ ਇਹਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ। ਸ਼ਾਇਦ ਇਹੀ ਕਾਰਨ ਹੈ ਕਿ ਇਹ ਬੇਅਦਬੀ ਦੀਆਂ ਘਟਨਾਵਾਂ ਅੱਜ ਭਾਰਤ ਤੋਂ ਬਾਅਦ ਅੰਤਰਰਾਜੀ ਪੱਧਰ ਦੇ ਉੱਤੇ ਸਾਹਮਣੇ ਆਉਣ ਲੱਗ ਪਈਆਂ ਨੇ। ਐਸੀਆਂ ਬਹੁਤ ਸਾਰੀਆਂ ਘਟਨਾਵਾਂ ਜੋ ਅੰਤਰਰਾਜੀ ਪੱਧਰ ਦੇ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਜਿਹੜਾ ਕਾਰਜ, ਐਸੇ ਮਾਮਲੇ ਜਿਹੜੇ ਸਾਹਮਣੇ ਆਉਣ ਲੱਗ ਪਏ ਨੇ। ਅੱਜ ਜਿੱਥੇ ਔਨਲਾਈਨ ਸ਼ਾਪਿੰਗ ਨੇ ਸਾਡੀ ਆਮ ਲੋਕਾਂ ਦੀ ਜ਼ਿੰਦਗੀ ਨੂੰ ਇੱਕ ਸਰਲ ਅਤੇ ਸੌਖਾ ਕਰ ਦਿੱਤਾ ਕਿ ਅਸੀਂ ਘਰਾਂ ਦੇ ਵਿੱਚ ਬੈਠੇ ਔਨਲਾਈਨ ਸਮਾਨ ਖਰੀਦ ਸਕਦੇ ਹਾਂ, ਇਹ ਲੋਕ ਸਾਡੇ ਘਰਾਂ ਤੱਕ ਡਿਲੀਵਰੀ ਕਰ ਦਿੰਦੇ ਨੇ, ਪਰ ਉਹਦੇ ਨਾਲ ਨਾਲ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵੀ ਵੱਧ ਗਏ ਨੇ। ਬੀਤੇ ਹੋਏ ਸਮੇਂ ਦੇ ਵਿੱਚ ਅਕਾਲ ਚੈਨਲ ਦੇ ਜ਼ਰੀਏ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਗਈ ਸੀ। ਉਹ ਮੰਦਭਾਗੀ ਖਬਰ ਸੀ ਕਿ ਇੱਕ ਔਨਲਾਈਨ ਸ਼ਾਪਿੰਗ ਵੈਬਸਾਈਟ ਜਿਹਦਾ ਨਾਮ ਐਮਾਜ਼ੋਨ ਹੈ, ਉਹਦੇ ਵੱਲੋਂ ਕੀ ਕੀਤਾ ਗਿਆ ਕਿ ਸ਼੍ਰੀ ਦਰਬਾਰ ਸਾਹਿਬ ਜੀ ਦੀਆਂ ਤਸਵੀਰਾਂ ਪੈਰਾਂ ਦੇ ਵਿੱਚ ਰੱਖਣ ਵਾਲੇ ਮੈਟਾਂ ਦੇ ਉੱਤੇ ਲਾ ਕੇ ਔਨਲਾਈਨ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਅਤੇ ਅਕਾਲ ਚੈਨਲ ਵੱਲੋਂ ਇਹ ਮੁੱਦਾ ਜ਼ੋਰਾਂ ਸ਼ੋਰਾਂ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਉਠਾਇਆ ਗਿਆ। ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਸਿੱਖਾਂ ਦੇ ਵਿੱਚ ਰੋਸ ਪੈਦਾ ਹੋਇਆ, ਅਤੇ ਉਸ ਤੋਂ ਬਾਅਦ ਐਮਾਜ਼ੋਨ ਨੇ ਐਕਸ਼ਨ ਲੈਂਦਿਆਂ ਇਹ ਸਾਰੀਆਂ ਤਸਵੀਰਾਂ, ਉਹ ਮੈਟ, ਉਹ ਸਾਰਾ ਕੁਝ ਆਪਣੀ ਵੈਬਸਾਈਟ ਤੋਂ ਹਟਾ ਦਿੱਤਾ, ਅਤੇ ਭਾਰਤ ਦੇ ਵਿੱਚ ਵੀ ਇਹਦਾ ਰੱਜ ਕੇ ਜਿਹੜਾ ਵਿਰੋਧ ਉਸ ਵੇਲੇ ਹੋਇਆ। ਪਰ ਅੱਜ ਦੀ ਜੋ ਖਬਰ ਹੈਗੀ ਹੈ ਉਹ ਵੀ ਇਸੇ ਤਰ੍ਹਾਂ ਹੀ ਮੰਦਭਾਗੀ ਖਬਰ ਜੋ ਤੁਹਾਡੇ ਨਾਲ ਅੱਜ ਸਾਂਝੀ ਕਰਨ ਜਾ ਰਹੇ ਹਾਂ। ਦਿਲ ਦੁੱਖਦਾ ਹੈ, ਪਰ ਕਰੀਏ ਕੀ ਕਿ ਇਹੋ ਜਿਹੀਆਂ ਖਬਰਾਂ ਜਿਹੜੀਆਂ ਸਾਂਝੀਆਂ ਸਾਨੂੰ ਕਰਨੀਆਂ ਬਣਦੀਆਂ ਨੇ, ਸਾਡਾ ਫਰਜ਼ ਬਣਦਾ। ਜੇਕਰ ਅਸੀਂ ਨਹੀਂ ਕਰਦੇ ਤਾਂ ਫਿਰ ਇਹ ਸਾਰੇ ਦੁਨੀਆ ਦੇ ਵਿੱਚ ਵੱਸਦੇ ਹੋਏ ਲੋਕਾਂ ਤੱਕ ਖਬਰਾਂ ਕਿਵੇਂ ਪਹੁੰਚਣਗੀਆਂ? ਇੱਕ ਸੁਹਿਰਦ ਮੀਡੀਆ ਹੋਣ ਦਾ ਫਰਜ਼ ਨਿਭਾਉਂਦੇ ਹੋਏ ਇਹ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਨ ਜਾ ਰਹੇ ਹਾਂ। ਉਹ ਦਸਤਾਰ ਜਿਹੜੀ ਅੱਜ ਸਾਡੇ ਸਿਰਾਂ ਦੇ ਉੱਤੇ ਫੱਬਦੀ ਹੈ, ਜਿਸ ਦੀ ਖਾਤਰ ਬੀਤੇ ਹੋਏ ਸਮੇਂ ਦੇ ਵਿੱਚ ਲੱਖਾਂ ਹੀ ਕੁਰਬਾਨੀਆਂ ਸਿੱਖਾਂ ਵੱਲੋਂ ਦਿੱਤੀਆਂ ਗਈਆਂ। ਬਹੁਤ ਸਾਰੇ ਸਿੱਖਾਂ ਨੇ ਇਸ ਦਸਤਾਰ ਦੀ ਖਾਤਰ ਸ਼ਹੀਦੀਆਂ ਪਾਈਆਂ। ਇੱਕ ਉਹ ਸਮਾਂ ਸੀ ਜਦੋਂ ਕਿਸੇ ਦਸਤਾਰ ਵਾਲੇ ਨੂੰ, ਕਿਸੇ ਪਗੜੀਧਾਰੀ ਸਿੱਖ ਨੂੰ ਦੇਖ ਕੇ ਉਸ ਨੂੰ ਕਤਲ ਕਰਨ ਦੇ ਹੁਕਮ ਤੱਕ ਦੇ ਦਿੱਤੇ ਗਏ ਸੀ, ਪਰ ਉਹ ਔਖੇ ਸਮੇਂ ਦੇ ਵਿੱਚੋਂ ਵੀ ਸਿੱਖ ਕੌਮ ਨਿਕਲੀ। ਅਤੇ ਅੱਜ ਉਹ ਸਮਾਂ ਕਿ ਪੂਰੀ ਦੁਨੀਆ ਦੇ ਵਿੱਚ ਅੱਜ ਸਿੱਖ ਪੂਰੇ ਮਾਣ ਦੇ ਨਾਲ ਇਹ ਦਸਤਾਰ ਸਜਾ ਕੇ ਘੁੰਮਦਾ। ਇਹ ਦਸਤਾਰ ਸਾਨੂੰ ਲੱਖਾਂ ਕੁਰਬਾਨੀਆਂ ਕਰਕੇ ਮਿਲੀ ਹੈ, ਜਿਹਦਾ ਕੋਈ ਮੁੱਲ ਅਸੀਂ ਨਹੀਂ ਦੇ ਸਕਦੇ। ਉਹ ਗੁਰੂ ਸਾਹਿਬ ਵੱਲੋਂ ਜੇ ਇੱਕ ਸਿੱਖ ਨੂੰ ਵੱਖਰੀ ਪਹਿਚਾਣ ਦਿੱਤੀ ਗਈ ਤਾਂ ਉਹ ਵੀ ਇੱਕ ਦਸਤਾਰ ਕਾਰਨ ਹੀ ਸੀ। ਅੱਜ ਦਸਤਾਰ ਬੰਨੀ ਹੋਈ ਇੱਕ ਸਿੱਖ ਚਾਹੇ ਲੱਖਾਂ ਲੋਕਾਂ ਦੇ ਵਿੱਚ ਖੜ੍ਹਾ ਹੋਵੇ, ਦੂਰੋਂ ਨਜ਼ਰ ਪੈ ਜਾਂਦਾ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ। ਚਾਹੇ ਅੰਮ੍ਰਿਤਧਾਰੀ ਸਿੱਖ ਹੋਵੇ ਜਾਂ ਫਿਰ ਸਹਿਜਧਾਰੀ, ਜਿਸ ਨੇ ਵੀ ਸਿਰ ਦੇ ਉੱਤੇ ਦਸਤਾਰ ਸਜਾ ਲਈ, ਉਹ ਦਸਤਾਰ ਉਸਦਾ ਮਾਣ ਬਣ ਜਾਂਦੀ ਹੈ, ਉਸ ਨੂੰ ਉਸਦੇ ਗੁਰੂਆਂ ਵੱਲੋਂ ਦਿੱਤੀ ਹੋਈ ਉਹ ਸੌਗਾਤ ਹੁੰਦੀ ਹੈ। ਲੱਖਾਂ ਕੁਰਬਾਨੀਆਂ ਤੋਂ ਬਾਅਦ ਮਿਲੀ ਇਹ ਦਸਤਾਰ ਹਰ ਇੱਕ ਸਿੱਖ ਦੇ ਸਿਰ ਦੇ ਉੱਤੇ ਸਜਿਆ ਹੋਇਆ ਤਾਜ ਹੈ। ਅੱਜ ਉਸੇ ਹੀ ਦਸਤਾਰ ਦੀ ਬੇਅਦਬੀ ਅੰਤਰਰਾਜੀ ਪੱਧਰ ਦੇ ਉੱਤੇ ਹੋਈ ਹੈ। ਇਹ ਦਸਤਾਰ ਪੰਜਾਬ ਪੁਲਿਸ ਦੇ ਕਿਸੇ ਕਰਮੀ ਵੱਲੋਂ ਲਾਹੀ ਗਈ ਦਸਤਾਰ ਨਹੀਂ ਹੈ। ਇਹ ਦਸਤਾਰ ਕਿਸੇ ਰੋਸ ਮੁਜ਼ਾਹਰੇ ਦੇ ਵਿੱਚ ਲੱਥੀ ਹੋਈ ਦਸਤਾਰ ਨਹੀਂ ਹੈ, ਜਾਂ ਫਿਰ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਕਿਸੇ ਲੜਾਈ ਝੜਪ ਦੇ ਵਿੱਚ ਲੱਥੀ ਹੋਈ ਦਸਤਾਰ ਨਹੀਂ ਹੈ। ਇਹ ਬੇਅਦਬੀ ਕੀਤੀ ਗਈ ਹੈ ਇੱਕ ਕੱਪੜੇ ਵੇਚਣ ਵਾਲੀ ਕੰਪਨੀ ਵੱਲੋਂ, ਗੁੱਚੀ ਅਤੇ ਨੋਰਡਸਟ੍ਰੋਮ, ਇਹ ਦੋ ਕੰਪਨੀਆਂ ਜੋ ਪੂਰੀ ਦੁਨੀਆ ਦੇ ਵਿੱਚ ਕੱਪੜੇ ਵੇਚਦੀਆਂ ਨੇ, ਪਰ ਅੱਜ ਇਹਨਾਂ ਨੇ ਦਸਤਾਰ ਨੂੰ ਇੱਕ ਫੈਸ਼ਨ ਵੀਅਰ ਦੱਸ ਕੇ ਔਨਲਾਈਨ ਵੇਚਣਾ ਸ਼ੁਰੂ ਕਰ ਦਿੱਤਾ। ਸੈਂਕੜਿਆਂ ਸੈਲਾਂ ਤੋਂ ਸੰਘਰਸ਼ ਕਰ ਰਹੀ ਸਿੱਖ ਕੌਮ ਆਪਣੀ ਦਸਤਾਰ ਵਾਸਤੇ ਕਈ ਬਾਹਰਲਿਆਂ ਮੁਲਕਾਂ ਦੇ ਵਿੱਚ, ਜਿਹਦੇ ਵਿੱਚ ਫਰਾਂਸ ਵੀ ਆ ਜਾਂਦਾ, ਦਸਤਾਰ ਦੇ ਉੱਤੇ ਪਾਬੰਦੀ ਤੱਕ ਲੱਗੀ ਹੋਈ ਹੈ। ਪਰ ਇਸ ਕੰਪਨੀ ਨੇ ਜੋ ਕੋਝਾ ਮਜ਼ਾਕ ਸਿੱਖ ਕੌਮ ਦੇ ਨਾਲ, ਸਿੱਖ ਪੰਥ ਦੇ ਨਾਲ ਕੀਤਾ ਕਿ ਉਸੇ ਦਸਤਾਰ ਨੂੰ ਜੋ ਲੱਖਾਂ ਕੁਰਬਾਨੀਆਂ ਤੋਂ ਬਾਅਦ ਸਿੱਖਾਂ ਨੇ ਆਪਣੇ ਸਿਰ ਦੇ ਉੱਤੇ ਸਜਾਈ ਹੈ, ਉਸ ਨੂੰ ਇੱਕ ਫੈਸ਼ਨ ਦੀ ਚੀਜ਼ ਦੱਸ ਕੇ ਆਪਣੇ ਔਨਲਾਈਨ ਵੇਚਣਾ ਸ਼ੁਰੂ ਕਰ ਦਿੱਤਾ ਹੈ ਆਪਣੀਆਂ ਵੈਬਸਾਈਟਾਂ ਦੇ ਉੱਤੇ। ਇੱਥੇ ਹੀ ਬਸ ਨਹੀਂ, ਇਹ ਦਸਤਾਰ ਇੱਕ ਟੋਪੀ ਨੁਮਾ ਡਿਜ਼ਾਈਨ ਦੇ ਵਿੱਚ ਬਣਾਈ ਗਈ ਹੈ। ਆਮ ਜਦੋਂ ਅਸੀਂ ਘਰਾਂ ਦੇ ਵਿੱਚ ਦਸਤਾਰ ਬੰਨ੍ਹਦੇ ਹਾਂ ਤਾਂ ਉਸ ਨੂੰ ਪਹਿਲਾਂ ਪੂਣੀ ਕੀਤਾ ਜਾਂਦਾ, ਫਿਰ ਕੱਲਾ ਲੜ ਜਿਹੜਾ ਹਰ ਇੱਕ ਸਿੱਖ ਬੜੇ ਮਾਣ ਦੇ ਨਾਲ ਆਪਣੇ ਸਿਰ ਦੇ ਉੱਤੇ ਸਜਾਉਂਦਾ। ਪਰ ਇਸ ਕੰਪਨੀ ਨੇ ਜੋ ਕੀਤਾ ਉਹ ਬਹੁਤ ਹੀ ਸ਼ਰਮਨਾਕ ਹੈ। ਇੱਕ ਟੋਪੀ ਵਰਗਾ ਡਿਜ਼ਾਈਨ ਬਣਾ ਕੇ ਇਸ ਦਸਤਾਰ ਨੂੰ ਔਨਲਾਈਨ ਵੇਚਣਾ ਸ਼ੁਰੂ ਕਰ ਦਿੱਤਾ, ਅਤੇ ਇਹ ਵੀ ਲਿਖਿਆ ਗਿਆ ਟੋਪੀ ਵਾਂਗ ਇਸ ਨੂੰ ਪਾ ਸਕਦੇ ਹੋ। ਇੱਕ ਹੋਰ ਹੈਰਾਨ ਕਰਨ ਵਾਲੀ ਗੱਲ, ਜਦੋਂ ਇਸ ਦਸਤਾਰ ਦਾ ਮੁੱਲ ਅਸੀਂ ਉਸ ਸਾਈਟ ਦੇ ਉੱਤੇ ਦੇਖਦੇ ਹਾਂ ਤਾਂ $790 ਜਿਹੜਾ ਨਿਰਧਾਰਿਤ ਕੀਤਾ ਗਿਆ।
एक सिख दी दस्तार दी कीमत दुनिया दे विच कोई भी ताकत नहीं ला सकती, चाहे एक पासे किन्ना भी रुपया इकट्ठा करके रख लीए तां सिख दी दस्तार दी कीमत नहीं ला सकती। पर इस कंपनी ने सिख दी दस्तार दी भी कीमत ला दी है, फिर उसनू शेप जां उसका डिज़ाइन जो टोपी नुमा बना के रख दिता है कि तुसी बनन दी तुहानू कोई लोड़ नहीं, बन्नी बनाई पग तुसी सिर दे उत्ते रख लो ते तुहानू बहुत ही कंफर्ट इहदे नाल महसूस होएगा। सो ऐसा कुछ उहदी डिस्क्रिप्शन दे विच लिखिया गया। अज ये शर्मनाक कार्य ये लोग करन लग पए ने ते साडियां जथेबंदियां शायद सुतियां होईयां ने कि जो इन्हां लोकां दे उत्ते एक्शन नहीं लिया जांदा। इत्थे ही बस नहीं, यूके दी एक लेडी डिजाइनर जो एक कपड़ियां दी डिजाइनर है उस वल्लों एक लेडीज़ मिनी स्कर्ट तैयार की गई है जिहदे उत्ते निशान साहब की तस्वीर है ते बड़े मान दे नाल उस दा नाम दसदी है, निशान साहिब मिनी स्कर्ट, सिख फ्लैग मिनी स्कर्ट। सो इतों तक अज ये लोग पहुँच चुके ने कि साड़ियाँ धार्मिक भावनावां जिहड़ियां भड़काउण दे उत्ते उतारू हो चुके ने ते साडे लोग शायद हजे इस बारे अवेसले ने। कदों जागणगे साडे लोग जदों इन्हां लोकां दे उत्ते नथ पाई जाएगी। इस प्रोग्राम दे जरिए अपील करदे आं हर एक उस इंसान नूं जो किसी भी धर्म दीआं भावनावां भड़काउण दे विरोध दे विच है, अज इन्हां कंपनियां नूं सवाल पुछे जाण, अज इन्हां नूं मैसेज किए जाण, कमेंट किए जाण, इन्हां नूं ट्वीट किए जाण, इन्हां नूं जवाबदेह बनाया जा सके कि ये लोग आखिर इस तरह क्यों करते हैं। साडियां सिख जथेबंदियां एस जी पी सी नूं भी यह बेनती करदे आ कि इन्हां कंपनियां दे उत्ते लीगली एक्शन लिया जाए। अपने तौर दे उत्ते परसनली जेकर तुसीं कोई भी लीगल एक्शन इन्हां दे उत्ते लै सकदे हो तां जरूर लो। ये अपडेट इहो जिहियां खबरां जिहड़ियां पहुँचाउणा तुहाडे तक साडा फर्ज हुंदा है, अगे जो भी निर्णा लैणा है उस संगत ने लैणा हुंदा है। इस प्रोग्राम नूं अपना फर्ज समझदे होए हर एक दे नाल सांझा करो, हर एक जगह ते जिथे तुसी इस प्रोग्राम नूं शेयर कर सकदे हो जरूर करो तां कि दुनिया दे कोने कोने दे विच ये खबर जिहड़ी है पहुँच जाए ते ये वड्डियां कंपनियां जो बहुत ही महंगे मुल दे समान पहलां तों ही वेचदियां ने ते अज सिखां दे ककार तक वेचणे शुरू कर दित्ते ने फैशन वेयर दस के। बहुत बहुत आप जी का धन्यवाद। वाहिगुरु जी का खालसा, वाहिगुरु जी की फतेह। अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना।